मुख्तियार सिंह ने एस एच ओ सिटी दे और हॉस्पिटल दे विच आ गए डॉक्टरां नू स्टाफ नू नर्सां नू आ वेखो ये बंदे ने मेरे ते पहला भी परचा झूठा किया और ये बंदा हुण आ के इत्थे ये मैनू दबके मारन दिया गालां कढ़न दिया मैं तेरे ते परचा करांगा। ये बंदे ये पंजाब पुलिस का हाल आ, पंजाब का सब तो वड्डा हॉस्पिटल खोलिया, बंद करो दरवाजा, आ बंद कर रहा, कुड़ियां नू धक्के मारे इन बंदे ने, फड़ो इनू फड़ो इनू फड़ो इनू फड़ो इनू फड़ो इनू फड़ो इनू आ वेखो डॉक्टरां नू ਡਾਕਟਰਾਂ ਦੀ ਗੱਲ ਪਾ ਕੇ ਸੱਤਿਆ ਉਹ ਨੰਬਰ ਕੇ ਇਹ ਬੰਦੇ ਨੇ ਹਸਪੀਟਲ ਦੇ ਵਿੱਚ ਆ ਕੇ ਪੂਰਾ ਗਦਰ ਪਾਇਆ ਬੰਦੇ ਨੇ। ਆ ਵੇਖੋ ਆ ਵੇਖੋ ਆ ਵੇਖੋ ਕੀ ਬੰਦਾ ਸੜਦਾ ਸੜਦਾ ਓਏ ਨਾ ਨਾ ਓਏ ਨਾ ਨਾ। ਬੀਤੇ ਦਿਨ ਗੁਰਦਾਸਪੁਰ ਦੇ ਪਿੰਡ ਝੰਡੇ ਚੱਕ ਵਿਖੇ ਇੱਕ ਕਰਿਆਨਾ ਦੁਕਾਨ ਅਤੇ ਘਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲੁੱਟ ਵਿੱਚ ਸ਼ਾਮਲ ਇੱਕ ਵਿਅਕਤੀ ਬਟਾਲਾ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਨੂੰ ਕਿਸੇ ਹੋਰ ਹਸਪਤਾਲ ਰੈਫਰ ਕੀਤਾ ਗਿਆ ਹੈ, ਜਿਸ ਦੌਰਾਨ ਇੰਸਪੈਕਟਰ ਮੁਖਤਿਆਰ ਸਿੰਘ ਦਾ ਹਸਪਤਾਲ ਦੇ ਸੰਚਾਲਕ ਨਵਤੇਜ ਸਿੰਘ ਨਾਲ ਵਿਵਾਦ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਹਸਪਤਾਲ ਦਾ ਸਾਰਾ ਸਟਾਫ ਅਤੇ ਮਰੀਜ਼ ਵੀ ਨਵਤੇਜ ਸਿੰਘ ਦੇ ਹੱਕ ਵਿੱਚ ਆ ਗਏ ਅਤੇ ਉਹਨਾਂ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਧੱਕਾਮੁੱਕੀ ਕੀਤੀ ਗਈ। ਹਾਲਾਤ ਦੇਖਦਿਆਂ ਪੁਲਿਸ ਅਧਿਕਾਰੀ ਉੱਥੋਂ ਚਲੇ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਮੌਕੇ ਨਵਤੇਜ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਪਰ ਪੁਲਿਸ ਨੇ ਹਸਪਤਾਲ ਵਿੱਚ ਆ ਕੇ ਗੁੰਡਾਗਰਦੀ ਕੀਤੀ। ਉਹਨਾਂ ਨੇ ਇਸ ਸੰਬੰਧੀ ਐਸਐਸਪੀ ਨੂੰ ਲਿਖਤ ਸ਼ਿਕਾਇਤ ਵੀ ਦਿੱਤੀ ਹੈ। ਮਰੀਜ਼ ਜੇਕਰ ਸਾਡੇ ਕੋਲ ਦਾਖਲ ਰਿਹਾ ਅਗਲੇ ਦਿਨ ਅਸੀਂ ਉਹਨੂੰ ਰੈਫਰ ਕਰ ਦਿੱਤਾ ਹੈ ਕਿ ਮਤਲਬ ਐਕਸੀਡੈਂਟ ਕੇਸ ਆ, ਤੁਸੀਂ ਆਪਣਾ ਹੋਰ ਕਿਤੇ ਇਲਾਜ ਕਰਾ ਲਓ, ਇੱਥੇ ਮਤਲਬ ਐਕਸੀਡੈਂਟ ਕੇਸ ਆ, ਚਲੋ ਹਾਂਜੀ ਅਸੀਂ ਇਲਾਜ ਕਰ ਵੀ ਦੇਣਾ ਸੀਗਾ, ਪਰ ਮਰੀਜ਼ ਫੌਜੀ ਸੀਗਾ, ਫੌਜ ਵਿੱਚ ਸੀਗਾ, ਉਹਨੇ ਕਿਹਾ ਮੇਰਾ ਇਲਾਜ ਮੈਂ ਕਿਸੇ ਫੌਜੀ ਕੋਟੇ 'ਚੋਂ ਕਰਾ ਦਿਓ ਜਾਂ ਮਰੀਜ਼ ਨੂੰ ਸਾਨੂੰ, ਨਹੀਂ ਤਾਂ ਮਰੀਜ਼ ਚਲਾ ਗਿਆ ਅਗਲੇ ਦਿਨ। ਇਹ ਆ ਕੇ 3 ਘੰਟੇ ਹੋ ਗਏ ਨੇ, ਇਹਨਾਂ ਨੇ ਆ ਕੇ ਇੱਥੇ ਪੂਰਾ ਗਦਰ ਪਾਇਆ ਬਟਾਲਾ ਪੁਲਿਸ ਨੇ, ਡਾਕਟਰਾਂ ਨੂੰ ਨਰਸਾਂ ਨੂੰ ਪੂਰਾ ਹੌਸਪੀਟਲ ਘੇਰਿਆ ਵਾ। ਔਰ ਮੈਂ ਇਹਨਾਂ ਨੂੰ ਕਿਹਾ ਕਿ ਮਰੀਜ਼ ਨੂੰ ਜਿਹੜੀ ਐਂਬੂਲੈਂਸ ਲੈ ਕੇ ਗਈ ਆ ਉਹਦਾ ਨੰਬਰ, ਆ ਐਂਬੂਲੈਂਸ ਦਾ ਨੰਬਰ, ਆ ਡਰਾਈਵਰ ਦਾ ਨੰਬਰ, ਤੁਸੀਂ ਆਪੇ ਮਰੀਜ਼ ਜਿਹੜੇ ਹੌਸਪੀਟਲ 'ਚ ਗਿਆ ਆਪੇ ਦੇਖੋ ਜਿੱਥੇ ਸਾਨੂੰ ਇਹਦੇ ਨਾਲ ਕੀ ਮਤਲਬ। ਆ ਸਿਟੀ ਦਾ SHO ਮੁਖਤਿਆਰ ਸਿੰਘ ਬੁੱਚੜ ਇਹ ਆਪਣਾ ਰੁਮਾਲ ਲਾ ਕੇ ਮੈਨੂੰ ਕਹਿੰਦਾ ਕਿ ਮੈਨੂੰ ਪਸੰਦ ਆ, ਮੈਂ ਕੌਣ ਆ, ਮੈਂ ਤੈਨੂੰ ਹੁਣੇ ਸਿੱਧਾ ਕਰ ਦਾਂਗਾ। ਜਦੋਂ ਇਹਨੇ ਇੰਨੀ ਗੱਲ ਕਹੀ ਆ ਸਟਾਫ ਇਕੱਠਾ ਹੋ ਗਿਆ, ਡਾਕਟਰ ਇਕੱਠੇ ਹੋ ਗਏ ਨੇ, ਚਲੋ ਡਾਕਟਰ ਤਾਂ ਸਾਰੇ ਸਟਾਫ ਨੇ ਇਕੱਠੇ ਹੋ ਕੇ ਮੁਰਦਾਬਾਦ ਦੇ ਨਾਰੇ ਮਾਰੇ ਨੇ, ਇਹ ਬੰਦਾ ਬਾਜ ਬਾਹਰ ਨੂੰ ਦੌੜਿਆ, ਮਰੀਜ਼ ਆ ਗਿਆ, ਮਰੀਜ਼ ਚਲਾ ਗਿਆ, ਮੇਰੇ ਤੇ ਮੈਨੂੰ ਆ ਗਿਆ ਨਹੀਂ ਤੈਨੂੰ ਪਰਚਾ ਟਿੱਕ ਦੇਣਾ, ਜਾਂ ਇੱਥੋਂ ਦੇ ਮੰਤਰੀਆਂ ਨੂੰ ਕੋਈ ਪਰੇਸ਼ਾਨੀ ਹੈ ਮੇਰੇ ਤੋਂ, ਜਾਂ ਇਸ ਹਲਕੇ ਦੇ ਕੋਈ ਲੀਡਰਾਂ ਨੂੰ ਪਰੇਸ਼ਾਨੀ ਹੈ ਮੇਰੇ ਤੋਂ, ਉਹ ਦੁਖੀ ਨੇ ਕਿ ਅਸੀਂ ਲੁੱਟਣ ਡਏ ਹਾਂ, ਇਹ ਬੰਦਾ ਸੇਵਾ ਕਰਨ ਡਿਆ, ਮੈਨੂੰ ਨਹੀਂ ਪਤਾ ਪ੍ਰੋਬਲਮ ਕਿੱਥੇ ਆ। ਪਰ ਅਗਰ ਮੰਤਰੀ ਵੀ ਅੱਜ ਇਸ ਟਾਈਮ ਕੁੰਭ ਕਰਨ ਦੀ ਨੀਂਦ ਦੇ ਸੁੱਟੇ, ਉਹਨਾਂ ਦੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਹੋਸਪਿਟਲ ਆ, ਉਹਨਾਂ ਦੇ ਕੰਮ ਇਹ ਹੋਸਪਿਟਲ ਕਰਦਾ ਪਿਆ, ਉਹਨਾਂ ਦੇ ਆਵਾਮ ਨੂੰ ਅਸੀਂ ਸਾਂਭਣ ਡਏ ਹਾਂ, ਉਹ ਇਸ ਟਾਈਮ ਉਹ ਪਤਾ ਨਹੀਂ ਕਿਹੜੀ ਦੁਨੀਆ 'ਚ ਵਸਣ ਡਏ ਨੇ। ਸਰ ਮੈਂ ਤੇ ਸਰ ਆ ਰਹੇ ਨੇ ਇੱਧਰ ਨੂੰ, ਸਰ ਦੇ ਨਾਲ ਜਾ ਰਿਹਾ ਮੈਂ, ਅਤੇ SHO ਜਿਹੜਾ ਵਾ ਮਤਲਬ ਪ੍ਰਚਾਰ ਸਿੰਘ ਇਹਨੇ ਫਿਰ ਉਹ ਨਵਤੇਜ ਸਿੰਘ ਨੂੰ ਧੱਕਾ ਮਾਰਿਆ ਵਾ, ਫਿਰ ਮੈਨੂੰ ਧੱਕਾ ਮਾਰ ਕੇ ਲੰਘਣ ਦੀ ਕੋਸ਼ਿਸ਼ ਕੀਤੀ, ਮੈਂ ਉਹਦਾ ਹੜ ਫੜਿਆ ਵਾ, ਇਹਨੇ ਇਹਨਾਂ ਨੇ ਮੁਲਾਜ਼ਮਾਂ ਨੂੰ ਕਿਹਾ ਤਾਂ ਕਿ ਫੜ ਕੇ ਇਹਨਾਂ ਨੂੰ ਪੁੱਟੋ, ਆਹ ਮੇਰਾ ਹਾਲ ਇਹਨਾਂ ਨੇ ਥੱਲੇ ਲੰਬੇ ਪਾ ਲਿਆ ਮੈਨੂੰ, ਆਹ ਦੇਖੋ ਮੇਰਾ ਕੀ ਹਾਲ ਜਿਹਾ ਕੀਤਾ, ਬਾਜ਼ਾਰ ਦੇ ਵਿੱਚ ਛੜਿਆ ਮੈਂ ਇੱਕ ਡਾਕਟਰ ਦੇ, ਅਤੇ ਇਹਨਾਂ ਨੇ ਇਹ ਹਾਲ ਕੀਤਾ, ਅਸੀਂ ਲੋਕਾਂ ਦੀ ਸੇਵਾ ਕਰਨ ਡੇ, ਇਹ ਸੇਵਾ ਦਾ ਸਾਨੂੰ ਫਲ ਦੇ ਡੇ, ਆਹ ਸਾਡਾ ਡਾਕਟਰ ਦੇ ਸੀ, ਇਹਨਾਂ ਨੂੰ ਬਚਾਏ ਸਾਨੂੰ ਸਨਮਾਨਿਤ ਕਰਨਾ ਸੀ, ਇਹਨਾਂ ਨੇ ਸਾਨੂੰ ਇਹ ਸੇਵਾ ਦਿੱਤਾ। ਮੇਰੀ ਤਾਂ ਪ੍ਰਸ਼ਾਸਨ ਦੇ ਅੱਗੇ, SSP ਸਾਹਿਬ ਦੇ ਅੱਗੇ, DJP ਦੇ ਅੱਗੇ ਅਪੀਲ ਹੈ ਕਿ ਇਸ ਇਨਸਾਨ ਨੂੰ ਪਹਿਲਾਂ SHO ਜਿੰਨੀ ਜਲਦੀ ਹੋ ਸਕਦਾ ਬਦਲੇ ਜਾਏ, ਕਿਉਂਕਿ ਆਪਾਂ ਇਹਦਾ ਨਾ ਕੋਈ ਨਾ ਕੋਈ ਇਹਦੇ ਅਗੇਂਸਟ ਕਾਰਵਾਈ ਜ਼ਰੂਰ ਕਰਾਵਾਂਗੇ। ਇਸ ਸੰਬੰਧੀ SHO ਸਿਟੀ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਉਹ ਦੀਨਾ ਨਗਰ ਪੁਲਿਸ ਦੀ ਮਦਦ ਲਈ ਗਏ ਸਨ, ਹਸਪਤਾਲ ਵਿੱਚ ਹੋਈ ਘਟਨਾ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਉਹਦੇ ਵਿੱਚ ਦੀਨਾਨਗਰ ਥਾਣੇ ਦੇ ਏਰੀਏ ਦੇ ਵਿੱਚ ਕੋਈ ਡਕੈਤੀ ਹੋਈ ਆ, ਖੋਹ ਹੋਈ ਆ, ਉੱਥੋਂ ਦੇ DSP ਸਾਹਿਬ ਅਤੇ SHO ਸਾਹਿਬ ਨਵਤੇਜ ਗੱਗੂ ਦੇ ਹੋਸਪਿਟਲ ਆਏ ਸੀਗੇ, ਅਤੇ ਲੋਕਲ ਪੁਲਿਸ ਦਾ ਜਾਣਾ ਵੀ ਉੱਥੇ ਬਣਦਾ ਸੀ, ਅਸੀਂ ਗਏ ਹਾਂ, ਉਹ ਪੁੱਛਗਿੱਛ ਉਹਨਾਂ ਦੀ ਕੀਤੀ ਉਹਨਾਂ ਨੇ, ਤਾਂ ਉਹ ਨਵਤੇਜ ਗੱਗੂ ਜੀ ਜਾਂ ਉਹਨਾਂ ਦੇ ਜਿਹੜੇ ਹੋਰ ਵੀ ਸਟਾਫ ਮੈਂਬਰ ਆ ਉਹਨਾਂ ਨੇ ਸਾਨੂੰ ਸਮਝਿਆ ਵੀ ਅਸੀਂ ਗਲਤ ਨੇ, ਅਸੀਂ ਉਹਨਾਂ ਨੂੰ ਦੱਸਿਆ ਵੀ ਉਹ ਦੀਨਾਨਗਰ ਪੁਲਿਸ ਆਈ ਆ, ਅਸੀਂ ਉਹਨਾਂ ਦੀ ਹੈਲਪ ਲਈ ਜ਼ਰੂਰ ਗਏ ਹਾਂ, ਬਾਕੀ ਉਹ ਇਨਵੈਸਟੀਗੇਟ ਕਰ ਰਹੇ ਨੇ, ਇਨਵੈਸਟੀਗੇਸ਼ਨ 'ਚ ਜੋ ਉਹਨਾਂ ਦਾ ਪੱਖ ਹੈਗਾ ਉਹ ਦੇਖਣਗੇ। ਪਰ ਉਹਨਾਂ ਨੇ ਇੱਕ ਇਲਜ਼ਾਮ ਲਾਇਆ ਕਿ ਡਾਕਟਰਾਂ ਨੂੰ ਧੱਕੇ ਮਾਰੇ, ਨਾ ਬਿਲਕੁਲ ਅਜਿਹੀ ਕੋਈ ਗੱਲ ਨਹੀਂ, ਬੇਬੁਨਿਆਦ ਗੱਲਾਂ ਨੇ, ਅਸੀਂ ਤਾਂ ਇੱਕ DSP ਰੈਂਕ ਸਾਹਿਬ DSP ਰੈਂਕ ਦੀ ਮੌਜੂਦਗੀ ਹੈ ਸਾਡੇ ਅਫਸਰ ਦੀ, SHO ਸਾਹਿਬ ਉੱਥੋਂ ਦੇ ਦੀਨਾਨਗਰ ਦੇ, ਉਹਨਾਂ ਦੀ ਮੌਜੂਦਗੀ 'ਚ ਗਏ ਹਾਂ, ਉਹਨਾਂ ਦੀ ਹੈਲਪ ਕਰਨਾ ਸਾਡਾ ਫਰਜ਼ ਬਣਦਾ, ਲੋਕਲ ਪੁਲਿਸ ਦਾ ਹੀ ਗਏ ਹਾਂ, ਇਹੋ ਜਿਹੇ ਬਾਕੀ ਦੋਸ਼ ਇਨਫੋਰਮੇਸ਼ਨ ਆਈ ਹੋਈ ਤੁਸੀਂ ਉੱਥੇ ਆਓ। ਹਾਂਜੀ ਹਾਂਜੀ ਸਰ, ਜਿਸ ਤਰ੍ਹਾਂ ਹੁਣ ਜੇ ਇੱਕ ਪੁਲਿਸ 'ਤੇ ਇੱਕ ਬੰਦੇ 'ਤੇ ਇਲਜ਼ਾਮ ਲਾਏ ਜਾਂਦੇ ਆ, ਹਾਂਜੀ, ਅਤੇ ਪੁਲਿਸ ਨਾਲ ਇਨਸਾਫ ਨਹੀਂ ਹੁੰਦਾ ਤਾਂ ਫਿਰ ਪੁਲਿਸ ਕੀ ਕਰੇਗੀ? ਨਹੀਂ ਕੋਈ ਨਹੀਂ, ਬਿਲਕੁਲ ਇਨਸਾਫ ਕਰਨਗੇ, ਸੀਨੀਅਰ ਅਫਸਰਾਂ 'ਤੇ ਧਿਆਨ ਚਲਿਆ ਦਿੱਤਾ ਗਈ ਗੱਲ ਸਾਰੀ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝੀ ਟੀਵੀ ਨਿਊਜ਼ ਪੋਰਟਲ। ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਗੁਰਾਇਆ, ਜੋ 24 ਘੰਟਿਆਂ ਵਿੱਚ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ। ਜੇਕਰ ਤੁਹਾਡਾ ਪਤੀ, ਪ੍ਰੇਮੀ ਜਾਂ ਬੇਟਾ ਕਿਸੇ ਦੇ ਵਸ ਵਿੱਚ ਹੈ ਤਾਂ ਘਬਰਾਓ ਨਾ,
प्यार विच धोखा खाते प्रेमी प्रेमिका जल्द संपर्क करन, असी थोड़ा प्यार टूटन नहीं देवांगे। कोर्ट कचहरी विच जित या विदेश यात्रा, एक फोन बदल सकता है थोड़ी जिंदगी। आउन तो पहला फोन जरूर करो। पंडित वीके शास्त्री 099-682-98782।